हुण जिवें अपनी ट्रांसपोर्ट कंपनी आ 50 ट्रक ने ਉਹਦੇ ਵਿੱਚ ਦਵਾਈ ਦਾ ਬੰਦਾ ਰੱਖਣਾ ਜ਼ਰੂਰੀ ਹੈ ਨਹੀਂ ਉਹਦੇ ਵਿੱਚ ਇੱਕ ਲੋਕਲ ਸਪਾਂਸਰ ਆਪਾਂ ਲੈਨੇ ਹਾਂ ਜਿਹਦੇ ਨਾਂ ਥੱਲੇ ਬਿਜ਼ਨਸ ਚੱਲ ਰਿਹਾ ਹੈ ਉਹ ਇੱਕ ਆਪਣੇ ਨਾਲ ਹੁੰਦਾ ਅੱਛਾ ਉਹਦੇ ਨਾਲ ਆਪਾਂ ਪਾਰਟਨਰ ਹੁੰਨੇ ਆ ਓਕੇ ਉਹ ਉਹਦੇ ਅੰਡਰ ਤੇ ਨਾਂ ਆਪਾਂ ਕੰਪਨੀ ਓਪਨ ਕਰਨੀ ਹਾਂ ਤੇ ਕੰਪਨੀ ਦਾ ਨਾਮ ਜਿਹੜਾ ਮਰਜ਼ੀ ਚੁਆਇਸ ਕਰ ਸਕਦੇ ਤੁਸੀਂ ਤੁਹਾਡੀ ਆਪਣੀ ਚੁਆਇਸ ਆ ਤੁਹਾਨੂੰ ਹੁਣ ਸਾਡੀ ਕੰਪਨੀ ਦਾ ਨਾਮ ਹੈਗਾ ਜਲੰਧਰ ਟਰਾਂਸਪੋਰਟ ਬਾਈ ਟਰੱਕਸ LLC ਅੱਛਾ ਤੁਸੀਂ ਆਪਣੇ ਨਾਮ ਦੇ ਸਕਦੇ ਕਿ ਸਾਨੂੰ ਆ ਨਾਮ ਚਾਹੀਦੇ ਉਹ ਇੱਕ ਨਾਮ ਤੁਹਾਨੂੰ ਅਪਰੂਵ ਕਰਕੇ ਦੇ ਦੇਣਗੇ ਠੀਕ ਹੈ ਜਿੰਨੀਆਂ ਸ਼ਰਤਾਂ ਤੁਸੀਂ ਉਹਨਾਂ ਦੀਆਂ ਪੂਰੀਆਂ ਕਰਦੇ ਹੈਗੇ ਤੇ ਤੁਹਾਨੂੰ ਕੋਈ ਵੀ ਇਦਾਂ ਦਾ ਇਸ਼ੂ ਨਹੀਂ ਹੈ ਕਿ ਤੁਹਾਨੂੰ ਕਹਿਣਗੇ ਵੀ ਤੁਸੀਂ ਇਹ ਪੂਰੀ ਨਹੀਂ ਕਰਦੇ ਤੇ ਉਹ ਜਿਹੜਾ ਸ਼ੇਖ ਹੈ ਉਹ ਕੰਮ ਕੁਛ ਨਹੀਂ ਕਰ ਰਿਹਾ ਉਹਨੂੰ ਬੈਨੀਫਿਟ ਫਿਰ ਕੀ ਦੇ ਵਿੱਚੋਂ ਨਹੀਂ ਉਹਨੂੰ ਆਪਾਂ ਜਿਹੜੀ 1 ਸਾਲ ਦੀ ਫੀਸ ਦਿੰਨੇ ਆ ਉਹਨੂੰ ਦੇ ਦੇਣੀ ਦੇ ਉਹਨੂੰ ਦਿੰਨੇ ਆ ਫੀਸ ਵੀ ਆਪਾਂ ਤੁਹਾਨੂੰ ਇੰਨੀ 1 ਸਾਲ ਦੀ ਫੀਸ ਜੋ ਉੱਥੇ ਨਾਰਮਲ ਹੈਗਾ ਆ ਜੋ ਸਾਰੇ ਪੇ ਕਰਦੇ ਆ ਉਹੀ ਆਪਾਂ ਪੇ ਕਰਦੇ ਪਰ ਮੇਰਾ ਜਿਹੜਾ ਇਹ ਸਵਾਲ ਇਹ ਆ ਵੀ ਆਪਣਾ ਹੁਣ ਮੰਨ ਲਓ ਵੀ ਉੱਥੇ ਲੱਖਾਂ ਡਾਲਰਾਂ ਦਾ ਬਿਜ਼ਨਸ ਆ ਉਹਦੇ ਤੇ ਕੋਈ ਝਪਟ ਤਾਂ ਨਹੀਂ ਮਾਰ ਲੂ ਕਦੇ ਨਹੀਂ ਇਦਾਂ ਦਾ ਕੋਈ ਨਹੀਂ ਹੈ ਉੱਥੇ ਕਿਉਂਕਿ ਪਰ ਕੰਟਰੋਲ ਉਹਨਾਂ ਦਾ ਹੈਗਾ ਬਕਾਇਦਾ MOU ਬਣਦੀ ਜਿਹਨੂੰ ਆਪਾਂ ਮੈਮੋਰੈਂਡਮ ਕਹਿੰਦੇ ਆ ਓਕੇ ਓਕੇ ਕੋਰਟ ਤੋਂ ਬਕਾਇਦਾ ਪੇਪਰ ਬਣਦੇ ਆ ਕੁਝ ਨਹੀਂ ਕਰ ਸਕਦਾ ਕੋਈ ਉਹ ਤੁਹਾਡੇ ਨਾਂ ਦੇ ਉੱਤੇ ਸਾਰਾ ਹੁੰਦੇ ਆ ਹੁਣ ਮੈਂ ਕੰਪਨੀ ਦਾ ਮੈਨੇਜਰ ਹਾਂ ਮੇਰੇ ਤੋਂ ਬਗੈਰ ਉੱਥੇ ਕੋਈ ਵੀ ਕੁਝ ਨਹੀਂ ਕਰ ਸਕਦਾ ਓਕੇ ਕੰਟਰੋਲ ਹੈਗਾ ਕੰਟਰੋਲ ਹੈ ਪਹਿਲਾਂ ਹੈ ਨਹੀਂ ਸੀ ਯਾਨੀ ਜਦ ਤੁਸੀਂ ਗਏ ਹੋ ਜਦ ਵੀ ਨਹੀਂ ਹੋਣਾ ਨਹੀਂ ਉਦੋਂ ਤਾਂ ਇੰਨਾ ਮੈਨੂੰ ਪਤਾ ਨਹੀਂ ਸੀ ਕਿਉਂਕਿ ਨੌਕਰੀ ਕਰਦੇ ਸੀ 4 ਸਾਲ ਤੋਂ ਬਾਅਦ ਫਿਰ ਮੈਨੂੰ ਇਹ ਚੀਜ਼ਾਂ ਦਾ ਹੌਲੀ ਹੌਲੀ ਪਤਾ ਲੱਗਿਆ ਅੱਛਾ